ਪਹਿਲਾ ਗੁਰੂ ਮਾਂ ਪਿਓ, ਦੂਜਾ ਗੁਰੂ ਟੀਚਰ ਪ੍ਰਿੰਸੀਪਲ, ਜਿਨ੍ਹਾਂ ਤੋਂ ਸਾਨੂੰ ਪੜ੍ਹਾਈ, ਜਿਨ੍ਹਾਂ ਤੋਂ ਸਾਨੂੰ ਵਿੱਦਿਆ ਮਿਲੀ। ਅਤੇ ਅਸੀਂ 8ਵੀਂ ਪਾਸ ਕਰਨ ਤੋਂ ਬਾਅਦ 11 ਦੋਸਤਾਂ ਨੇ ਕੋਸ਼ਿਸ਼ ਕੀਤੀ, 21 ਸਾਲ ਬਾਅਦ ਅਸੀਂ ਆਪਣੇ ਪ੍ਰਿੰਸੀਪਲ ਸਾਹਿਬ ਦਾ ਜਨਮ ਦਿਨ ਮਨਾਉਣ ਲਈ ਸਕੂਲ ਵਿੱਚ ਪਹੁੰਚੇ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋਗੇ, ਸ਼ੇਅਰ ਕਰਿਓ, ਪਸੰਦ ਆਏਗੀ ਤੁਹਾਨੂੰ। ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਪ੍ਰਿੰਸੀਪਲ, ਆਪਣੇ ਟੀਚਰ, ਆਪਣੇ ਅਧਿਆਪਕ ਦਾ ਸਤਿਕਾਰ ਕਰੋ, ਰਿਸਪੈਕਟ ਕਰੋ, ਜੋ ਤੁਹਾਨੂੰ ਪੜ੍ਹਾਉਂਦੇ ਨੇ, ਜੋ ਤੁਹਾਨੂੰ ਮੁੱਢਲੀ ਵਿੱਦਿਆ ਦਿੰਦੇ ਨੇ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅਗਰ ਪਸੰਦ ਆਏ ਇਹ ਛੋਟੀ ਜਿਹੀ ਕੋਸ਼ਿਸ਼, ਤਾਂ ਮੈਨੂੰ ਮੈਸੇਜ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸਾਡੇ ਯਾਰ ਆ ਗਏ ਨੇ, ਸਭ ਤੋਂ ਲੜਾਕਾ ਬੰਦਾ। ਬਚਪਨ ਤੋਂ ਲੈ ਕੇ ਪੜ੍ਹਾਈ ਜਿੱਥੇ ਸ਼ੁਰੂ ਕੀਤੀ ਸੀ, ਅਤੇ 2003 ਦੇ ਵਿੱਚ ਕਾਲਜ ਸਕੂਲ ਛੱਡਿਆ ਸੀ ਆਪਾਂ। ਅਤੇ ਅੱਜ ਆਪਣੇ ਪ੍ਰਿੰਸੀਪਲ ਸਾਹਿਬ ਹੋਣਾਂ ਦਾ ਜਨਮ ਦਿਨ ਮਨਾਉਣ ਲਈ ਜਾ ਰਹੇ ਹਾਂ। ਅਤੇ ਇਹ ਆ ਸਾਡਾ ਸਕੂਲ। ਲੈ ਜੀ, ਅੱਜ ਅਸੀਂ ਸਕੂਲ ਐਂਟਰੀ ਕਰ ਚੁੱਕੇ ਹਾਂ। ਟਰਾਲੀ ਨਹੀਂ ਮੁੜਨ ਦੇਈ, ਉਹ ਕਹਿੰਦਾ ਮੁੜਾ ਕੇ ਆ ਗਿਆ। ਅੱਠਵੀਂ ਕਲਾਸ ਆਪਣੀ ਇਹੀ ਹੈ ਨਾ। ਲਓ ਜੀ, 2003 ਦੇ ਵਿੱਚ ਅਸੀਂ ਇਹ ਕਲਾਸ ਛੱਡੀ ਸੀ, ਅਤੇ 2024 ਦੇ ਵਿੱਚ ਇੱਥੇ ਪੜ੍ਹਨ ਆਏ ਅਸੀਂ। ਸਾਡੇ ਪ੍ਰਿੰਸੀਪਲ ਸਾਹਿਬ ਦਾ ਅੱਜ ਜਨਮ ਦਿਨ ਆ। ਸਕੂਲ ਦੀ ਇਮਾਰਤ 21 ਸਾਲ ਪੁਰਾਣੀ। ਸਾਡੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਅਸੀਂ ਤੁਹਾਡੀਆਂ ਤੁਸੀਂ ਅਸੀਂ ਤੁਹਾਡੇ ਵੱਲ ਮੂੰਹ ਕਰਕੇ ਬਹਿੰਦੇ ਹਾਂ। ਚਾਚਾ ਜੀ, ਚਾਚੀ ਬਣਾ ਤੇ ਹੋਰ ਤਾਂ ਬੜਾ ਡਰ ਕੇ ਪੈਂਦਾ। ਤੁਸੀਂ ਹੁਣ ਸਾਰੇ ਸਾਰੇ ਇੱਕ ਮਿੰਟ ਦੇ ਇੱਕ ਮਿੰਟ ਦੇ ਸਰ ਅੱਜ ਨਾਲ ਗੈਪ ਬੜਾ, ਤੁਸੀਂ ਦੱਸੋ ਤੁਸੀਂ ਤੇਰਾ ਪਿਆਰ ਬਹੁਤ ਪੁਰਾਣਾ। ਹਾਂਜੀ, ਇਹ ਸੀ ਸਾਡੇ ਪ੍ਰਿੰਸੀਪਲ ਅਤੇ ਸਾਡੇ ਬਚਪਨ ਦੇ ਯਾਰ। ਬਹੁਤ ਖੁਸ਼ੀ ਹੋਈ ਇਹਨਾਂ ਸਾਰਿਆਂ ਨੂੰ ਮਿਲ ਕੇ, ਰਾਜੀ ਖੁਸ਼ੀ ਨੇ ਸਾਰੇ। ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਜ਼ਰੂਰ ਆਏਗੀ। ਕਮੈਂਟ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਹੈਪੀ ਬਰਥਡੇ ਟੂ ਯੂ।
ਗਲਾਸੀਆਂ ਸਿੱਧੀਆਂ ਕਰੋ ਸਾਰੇ।